ਜੀ ਪੰਜਾਬ ਰਣਾ ਹਿਮਾਚਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਤੁਹਾਡੇ ਨਾਲ ਬਲਵਿੰਦਰ ਸਿੰਘ ਤੁਸੀਂ ਸਾਡੇ ਨਾਲ ਸ਼ਾਮਲ ਹੋ ਪੰਜਾਬ ਦੀ ਸਭ ਤੋਂ ਨਿਰਪੱਖ ਬਹਿਸ ਪ੍ਰਾਈਮ ਟਾਈਮ ਵਿੱਚ ਅੱਜ ਅਸੀਂ ਇੱਕ ਵਾਰ ਫਿਰ ਗੱਲ ਕਰਦੇ ਹਾਂ ਪਠਾਨਕੋਟ ਦੀ ਪਠਾਨਕੋਟ এয়ার ਬੇਸ ਤੇ ਹਮਲਾ ਕਰਨ ਵਾਲੇ 6 دہشت ਗਰਦਾਂ ਨੂੰ ਮਾਰ ਮੁਕਾਇਆ ਗਿਆ ਹੈ ਫਿਲਹਾਲ ਕਾਂਬਿੰਗ ਆਪਰੇਸ਼ਨ ਜਾਰੀ ਹੈ ਪਰ ਪਠਾਨਕੋਟ ਹਮਲੇ ਤੋਂ ਕਈ ਗੰਭੀਰ ਸਵਾਲ ਉੱਠ ਰਹੇ ਨੇ ਸਵਾਲ ਅਤੀਤ ਤੋਂ ਨਿਕਲੇ ਨੇ ਤੇ ਕੁਝ ਸਵਾਲ ਵਰਤਮਾਨ ਨਾਲ ਜੁੜੇ ਨੇ ਤੇ ਕੁਝ ਸਵਾਲ ਭਵਿੱਖ ਦੇ ਲਈ ਉੱਠ ਰਹੇ ਨੇ ਪਰ ਇਹਨਾਂ ਸਵਾਲਾਂ ਦੇ ਵਿਚਾਲੇ ਫਿਲਹਾਲ ਵੱਡਾ ਸਵਾਲ ਇਹ ਹੀ ਹੈ ਕਿ ਭਵਿੱਖ ਵਿੱਚ ਅਜਿਹੇ دہشت ਗਰਦੀ ਹ ਦੇ ਅੰਦਰ ਅਤੇ ਸੂਬਾ ਸਰਕਾਰਾਂ ਨੂੰ ਕੀ ਸਬਕ ਲੈਣਾ ਚਾਹੀਦਾ ਇਸ ਚਰਚਾ ਨਾਲ ਸੀ ਸ਼ੁਰੂ ਕਰੀਏ ਉਸ ਤੋਂ ਪਹਿਲਾਂ ਤੁਹਾਨੂੰ ਦੋ ਅਹਿਮ ਬਿਆਨ ਅੱਜ ਦੇ ਸੁਣਾਉਣੇ ਆ ਅੱਜ ਰੱਖਿਆ ਮੰਤਰੀ ਮਨੋਹਰ ਪਰਿਕਰ ਅਤੇ ਪੰਜਾਬ ਦੇ ਡੀਜੀਪੀ ਦੋਨਾਂ ਨੇ ਵੱਖ-ਵੱਖਰੀ ਪ੍ਰੈਸ ਕਾਨਫਰੰਸ ਕੀਤੀ ਪਹਿਲਾਂ ਰੱਖਿਆ ਮੰਤਰੀ ਮੀਡੀਆ ਨਾਲ ਮੁਖਾਤਬ ਹੋਏ ਉਹਨਾਂ ਨੇ ਬਹੁਤ ਸਾਰੇ ਅਹਿਮ ਗੱਲਾਂ ਕਹੀਆਂ ਤੇ ਨਾਲ ਹੀ ਦੂਜੇ ਪਾਸੇ ਡੀਜੀਪੀ ਨੇ ਵੀ जड़े ने उन्होंने भी कुछ खास गल कही है की कुछ क्या वेर वी गो फ्रॉम हेयर नाउ आई वॉज ऑज थिंकिंग वी नीड टू स्ट्रेंथन द रिसोर्सिज ऑफ द डिस्ट्रिक्ट पुलिस हेयर वी विल बी शिफ्टिंग वन बटालियन हेडक्वार्टर टू बी स्टेशन इन पठानकोट वी हैव थॉट और टेकन अ डिसीजन टू पोस्ट वन एस पी ऑपरेशन वी हैव डिसाइडेड टू ਪੋਸਟ 1 एआईजी काउंटर इंटेलिजेंस आल्सो टू इंस्टॉल सीसीटीवी नेटवर्क एंड वी हैव सर्टन प्री एस्टेब्लिश्ड बैरियर्स व्हिच विल मेक इट हाई टेक ਤਾਂ ਹੁਣ ਕਹਿ ਰਹੇ ਨੇ ਡੀਜੀਪੀ ਕੇ ਜਿਹੜੀ ਇਹ ਹੁਣ ਅਸੀਂ ਅੱਗੇ ਹਾਈ ਟੈਕ ਕਰਾਂਗੇ ਆਪਣੇ ਆਪ ਨੂੰ ਅਸੀਂ ਧਿਆਨ ਰੱਖਾਂਗੇ ਅੱਗੇ ਤੋਂ ਕਿਸ ਤਰ੍ਹਾਂ ਦੀ ਤਨਾਤਾਂ ਕੀਤੀਆਂ ਜਾਣਗੀਆਂ ਤਾਂ ਹਮੇਸ਼ਾ ਹੀ ਜਦੋਂ ਵੀ ਕੋਈ ਅਜਿਹੀ ਗੱਲ ਹੁੰਦੀ ਹੈ ਤਾਂ ਉਸ ਤੋਂ ਬਾਅਦ ਅੱਗੇ ਦੀ ਗੱਲ ਕੀਤੀ ਜਾਂਦੀ ਹੈ ਪਰ ਅਸੀਂ ਪਿਛਲੀਆਂ ਜੋ ਹੋਈਆਂ ਉਸ ਤੋਂ ਅਸੀਂ ਕੀ ਕੁਝ ਸਿੱਖਿਆ ਇਹ ਇੱਕ ਦੇਖਣ ਵਾਲੀ ਗੱਲ ਹੈ ਇਸ ਦੇ ਬਾਰੇ ਚਰਚਾ ਕਰਨ ਲਈ ਸਾਡੇ ਨਾਲ ਖਾਸ ਮਹਿਮਾਨ ਜੁੜ ਰਹੇ ਨੇ ਸਾਡੇ ਨਾਲ ਨੇ ਚੰਡੀਗੜ੍ਹ ਸਟੂਡੀਓ ਵਿੱਚ ਦਿਲਜੀਤ ਸਿੰਘ ਚੀਮਾ ਜੀ ਨੇ ਕੈਬਨਿਟ ਮੰਤਰੀ ਨੇ ਤੇ ਨਾਲ ਹੀ ਰਣਜੀਤ ਸਿੰਘ ਨੇ ਜੋ ਕਿ ਵਿਧਾਇਕ ਨੇ ਕਾਂਗਰਸ ਦੇ ਮਨਜੀਤ ਰਾਏ ਜੀ ਨੇ ਭਾਰਤੀ ਜਨਤਾ ਪਾਰਟੀ ਵੱਲੋਂ ਤੇ ਡਾਕਟਰ ਬਲਬੀਰ ਸਿੰਘ ਆਮ ਆਦਮੀ ਪਾਰਟੀ ਵੱਲੋਂ ਸਾਡੇ ਨਾਲ ਜੁੜ ਰਹੇ ਨੇ ਤੇ ਸਾਡਾ ਨੌਇਡਾ ਸਟੂਡੀਓ ਵਿੱਚ ਰਿੰਦਰ ਕੁਮਾਰ ਜੀ ਨੇ ਸਾਬਕਾ ਸਪੈਸ਼ਲ ਡਾਇਰੈਕਟਰ ਨੇ ਆਈਬੀ ਦੇ ਸਾਰੇ ਮਹਿਮਾਨਾਂ ਦਾ ਅਸੀਂ ਬਹੁਤ-ਬਹੁਤ ਸਵਾਗਤ ਕਰਦੇ ਆ ਤੇ ਸਭ ਤੋਂ ਪਹਿਲਾਂ ਮੈਂ ਪੰਜਾਬ ਸਰਕਾਰ ਦਾ ਬਾਕੀ ਇਸ ਵਿੱਚ ਲੈਣਾ ਚਾਹੂੰਗਾ ਦਲਜੀਤ ਸਿੰਘ ਚੀਮਾ ਜੀ ਆਪਰੇਸ਼ਨ ਜਿਹੜਾ ਇਹ ਹੋਇਆ ਪਠਾਨਕੋਟ ਦਾ ਜਿਸ ਤਰ੍ਹਾਂ ਦੇ ਨਾਲ ਇਸ ਵੇਲੇ ਹੁਣ ਰੱਖਿਆ ਮੰਤਰੀ ਨੇ ਵੀ ਕਹਿ ਦਿੱਤਾ ਕਿ ਆਪਰੇਸ਼ਨ ਅਸੀਂ ਪੂਰਾ ਕਰ ਚੁੱਕੇ ਹਾਂ ਪਰ ਕੌਮਬਿੰਗ ਆਪਰੇਸ਼ਨ ਉੱਥੇ ਚੱਲ ਰਿਹਾ ਇਹ ਠੀਕ ਹੈ ਸਭ ਕੁਝ ਹੋ ਰਿਹਾ ਡੀਜੀਪੀ ਵੀ ਕਹਿ ਰਹੇ ਨੇ ਕਿ ਅੱਗੇ ਵਾਸਤੇ ਅਸੀਂ ਇਹ ਚੀਜ਼ ਕਰਾਂਗੇ ਪਰ ਸਭ ਤੋਂ ਵੱਧ ਅਹਿਮ ਗੱਲ ਇਹ ਹੈ ਕੀ ਅਸੀਂ ਇਸ ਤੋਂ ਸਬਕ ਕੀ ਲੈਨੇ ਆ ਅੱਗੇ ਵਾਸਤੇ ਅਸੀਂ ਧਿਆਨ ਰੱਖੀਏ ਕਿ ਜਿਹੜੇ ਹਮਲੇ ਹੁੰਦੇ ਨੇ ਕਿਤੇ ਨਾ ਕਿਤੇ ਕੋਈ ਲੂਪ ਹੋਲ ਰਹਿ ਜਾਂਦਾ ਉਸ ਦਾ ਹੀ ਫਾਇਦਾ ਚੱਕਿਆ ਜਾਂਦਾ ਹਰ ਵਾਰ ਦੇਖੋ ਜਿਹੜੇ ਸਾਰੇ ਹਾਲਾਤ ਨੇ ਦੁਨੀਆ ਦੇ ਵੀ ਔਰ ਜੋ ਸਾਡੇ ਗਵਾਂਢੀ ਦੇਸ਼ ਦੇ ਵਿੱਚ ਹਾਲਤ ਨੇ ਉਹਦੇ ਮੁਤਾਬਕ ਹੀ ਸਮੇਂ ਦੇ ਮੁਤਾਬਕ ਜਿਹੜੇ ਆ ਪੁਲਿਸ ਨੂੰ ਵੀ ਤੇਜਦੀਆਂ ਫੋਰਸਾਂ ਨੂੰ ਵੀ ਫੈਸਲੇ ਲਗਾਤਾਰ ਲੈਣੇ ਪੈਣਗੇ ਹਮਮ ਕਿਉਂਕਿ دہشت ਗੱਤ ਜਿਹੜੇ ਸਾਰੀ ਦੁਨੀਆ ਦੇ ਵਿੱਚ ਵਕ ਵਕ ਥਾਵਾਂ ਦੇ ਉੱਤੇ ਜਿਹੜਾ ਮਨੁੱਖਤਾ ਦੇ ਖਿਲਾਫ ਇਹ ਅਪਰਾਧ ਜਿਹੜਾ ਉਹ ਕਰਨ ਦੇ ਵਿੱਚ ਲੱਗੇ ਹੋਏ। ਉਹਨਾਂ ਦਾ ਜਿਹੜਾ ਮੇਨ ਮਕਸਦ ਹੈ ਉਹ ਡਿਸਟਰਕਸ਼ਨ ਹੈ। ਹੂੰ ਹੂੰ। ਇਸ ਕਰਕੇ ਸਾਡੇ ਗਵਾਢੀ ਮੁਲਕ ਦੇ ਵਿੱਚੋਂ ਜਿਸ ਤਰ੍ਹਾਂ ਦੀ ਟ੍ਰੇਨਿੰਗ ਉਹਨਾਂ ਨੂੰ ਦਿੱਤੀ ਜਾ ਰਹੀ ਹੈ। ਉਹਦੇ ਮੁਤਾਬਕ ਜਿਸ ਤਰ੍ਹਾਂ ਵੀ ਕੋਈ ਘਟਨਾ ਹੁੰਦੀ ਹੈ ਹਰ ਘਟਨਾ ਤੋਂ ਨੇਚਰਲੀ ਹੈ ਕਿ ਕੁਝ ਨਵੇਂ ਫੈਸਲੇ ਜਿਹੜੇ ਆ ਉਸ ਤੋਂ ਬਾਅਦ ਲਏ ਜਾਂਦੇ ਆ ਉਹਦੇ ਵਿੱਚ ਕਿੱਥੇ ਖਾਮੀ ਰਹੀ ਕਿੱਥੇ ਹੋਰ ਬੈਟਰ ਕੀਤਾ ਜਾ ਸਕਦਾ ਹੈ ਕੀ ਉਹਨਾਂ ਦੀ ਨਵੀਂ ਸਟ੍ਰੈਟਜੀ ਸੀ ਇਹਨੂੰ ਕਿੱਦਾਂ ਕਾਊਂਟਰ ਕੀਤਾ ਜਾ ਸਕਦਾ ਏਕ ਲਗਾਤਾਰ ਕੰਟੀਨਿਊਸ ਪ੍ਰੋਸੈਸ ਹੈ ਹੂੰ ਹੂੰ ਇਸ ਕਰਕੇ ਇਹ ਨਹੀਂ ਕਿ ਪਹਿਲਾਂ ਕਿਤੇ ਪੰਜਾਬ ਪੁਲਿਸ ਨੇ ਫੈਸਲੇ ਨਹੀਂ ਲਏ ਪਹਿਲਾਂ ਵੀ ਮਿਲੀਟੈਂਸੀ ਦੇ ਵਿੱਚ ਪੰਜਾਬ ਦੇ ਵਿੱਚ 15 ਸਾਲ ਪੰਜਾਬ ਪੁਲਿਸ ਨੇ ਬੜੀ ਬਹਾਦਰੀ ਦੇ ਨਾਲ ਇਹਨਾਂ ਚੀਜ਼ਾਂ ਦਾ ਮੁਕਾਬਲਾ ਕੀਤਾ ਔਰ ਪੰਜਾਬ ਉਹਦੇ ਵਿੱਚੋਂ ਪਹਿਲਾ ਸੂਬਾ ਹੈ ਜਿਹੜਾ ਉਹਦੇ ਵਿੱਚੋਂ ਬਾਹਰ لیکن ਹੁਣ ਪਿੱਛੇ ਬੜੀ ਦੇਰ ਬਾਅਦ ਪਹਿਲਾਂ ਦਿਨਾਂ ਨਗਰ ਦੇ ਵਿੱਚ ਅਟੈਕ ਹੋਇਆ ਉਸ ਤੋਂ ਬਾਅਦ ਦੂਜਾ 에ਅਰ ਫੋਰਸ ਬੇਸ ਤੇ ਅਟੈਕ ਹੋਇਆ ਨੈਚਰਲੀ ਇਹਨਾਂ ਹਮਲਿਆਂ ਤੋਂ ਬਾਅਦ ਸਾਰੀਆਂ ਦੇਸ਼ ਦੀਆਂ ਇੰਟੈਲੀਜੈਂਸ ਏਜੰਸੀਆਂ ਵੀ ਵੱਖ-ਵੱਖ ਫੋਰਸਿਜ਼ ਵੀ ਸਟੇਟ ਪੁਲਿਸ ਵੀ ਜਦੋਂ ਸਾਰੀ ਗੱਲ ਦੀ ਇਨਵੈਸਟੀਗੇਸ਼ਨ ਹੋਏਗੀ ਤੇ ਇਹਦੇ ਮੁਤਾਬਕ ਕਿੱਥੇ ਨਵੇਂ ਫੈਸਲੇ ਲੈਣ ਦੀ ਲੋੜ ਆ ਉਹਦੇ ਮੁਤਾਬਕ ਫੈਸਲੇ ਨਵੇਂ ਲਏਗੇ ਠੀਕ ਹੈ ਮੈਂ ਕੰਟੀਨਿਊਸ ਪ੍ਰੋਸੈਸ ਹੁੰਦੀ ਹੈ ਠੀਕ ਹੈ ਮੈਂ ਬਾਕੀ ਪਾਰਟੀਆਂ ਦੇ ਵੀ ਬਿਆਨ ਲਾਇਆ ਉਸ ਤੋਂ ਪਹਿਲਾਂ ਅਰਿੰਦਰ ਕੁਮਾਰ ਜੀ ਤੁਹਾਡੇ ਕੋਲ ਸਮੇਂ ਦੇ ਮੁਤਾਬਕ ਆਪਕਾ 35 ਸਾਲ ਬਦਲਨੇ ਪੈਣਗੇ ਠੀਕ ਇਹ ਇਹ ਸਮਝਣਾ ਚਾਹਾਂਗੇ ਜਿਹੜੀ ਇੱਥੇ ਗੱਲ ਕੀਤੀ ਗਈ ਸੀ ਰੱਖਿਆ ਮੰਤਰੀ ਵੱਲੋਂ ਕਿ ਕੁਝ ਗੈਪਸ ਜਿਹੜੇ ਹੈ ਉਹ ਜ਼ਰੂਰ ਇੱਥੇ ਰਹੇ ਆ ਉਹਨਾਂ ਨੂੰ ਦੇਖਣ ਦੀ ਲੋੜ ਹੈ ਕਿਸ ਤਰ੍ਹਾਂ ਦੇ ਗੈਪਸ ਤੁਸੀਂ ਸਮਝਦੇ ਜਿਹੜੇ ਇੱਥੇ ਰਹੇ ਹੋਣਗੇ ਦੇਖੋ ਜੀ ਗੈਪ ਤੇ ਚਾਰ ਪੰਜ ਨੇ ਸਟਾਰਟਿੰਗ ਫਰੋਮ ਬਾਰਡਰ ਬਾਰਡਰ ਦਾ ਸ਼ੁਰੂ ਕਰਿਆ ਸੀ ਤੇ ਉੱਥੇ ਵੀ ਗੈਪ ਹੈ ਜਿਹੜਾ ਗੈਪ ਜੋ ਕੋਈ ਵੀ ਹੈ ਕੋਈ ਰਿਵਰਾਈਨ ਗੈਪ ਹੈ ਰਿਵਰਾਈਨ ਹਾਂ ਰੂਟਸ ਹੈ ਉਹਨਾਂ ਨੂੰ ਬੰਦ ਕਰਨਾ ਹੈ ਉਹਦੇ ਬਾਅਦ ਡੈਕ ਸੈਕੰਡ ਲਾਈਨ ਆਫ ਡਿਫੈਂਸ ਕਰਨੀ ਹੈ ਫਿਰ ਜਿਵੇਂ ਇਹ 에ਅਰ ਫੋਰਸ ਸਟੇਸ਼ਨ ਹੈ ਇਹਦੀ ਪੈਰੀਮੀਟਰ ਦਾ ਜਿਹੜਾ ਜਿਹੜਾ ਹੈ ਇਹਦੀ ਸੁਰੱਖਿਆ ਵਧਾਣੀ ਪੈਣੀ ਆ ਸਾਨੂੰ ਇਹਦੀ ਨਹੀਂ ਸਿਰਫ ਪਠਾਨਕੋਟ ਦੀ ਨਹੀਂ ਪਠਾਨਕੋਟ ਤੇ ਹੋ ਗਿਆ ਪਰ ਜਿਹੜੇ ਹੋਰ ਵੀ ਸਾਡੇ ਫਾਰਵਰਡ ਬੇਸ ਨੇ ਜਿਹੜੇ ਹੋਰ ਵੀ ਸਾਡੀ ਸੈਂਸਿਟਿਵ ਇੰਸਟਾਲੇਸ਼ਨਸ ਨੇ ਸਭ ਦੀ ਸਭ ਦੀ ਸੁਰੱਖਿਆ ਵਧਾਣੀ ਪਾਏਗੀ ਟੈਕਨੀਕਲ ਮੀਨਸ ਯੂਜ਼ ਕਰਨ ਪੈਣਗੇ ਤਾਂ ਹੀ ਕੁਝ ਹੋਏਗਾ ਤੇ ਦੂਜੀ ਸਭ ਤੋਂ ਵੱਡੀ ਗੱਲ ਇਹ ਹੈ ਕਿ ਹੁਣ ਅਸੀਂ ਕਹਿ ਦਿੰਦੇ ਜੀ ਅਸੀਂ ਇਹ ਕਰਾਂਗੇ ਇਹ ਕਰਾਂਗੇ ਇਹ ਕਰਾਂਗੇ ਹੂੰ ਕੁਝ ਟਾਈਮ ਦੇ ਬਾਅਦ ਮੋਨਿਟਰਿੰਗ ਢਿੱਲੀ ਹੋ ਜਾਂਦੀ ਹੈ ਹੂੰ ਇਹ ਕੰਟੀਨਿਊਸ ਪ੍ਰੋਸੈਸ ਆਫ ਮੋਨਿਟਰਿੰਗ ਵੀ ਹੋਣੀ ਚਾਹੀਦੀ ਹੈ ਕਿ ਵੀ ਅਸੀਂ ਹੁਣ ਉਹਨੇ ਹੁਣ ਅਸੀਂ ਅੱਜ ਕਹਿੰਦੇ ਵੀ ਅਸੀਂ ਇਹ ਕਰਾਂਗੇ ਹੂੰ ਡਿਫੈਂਸ ਮਿਨਿਸਟਰ ਨੇ ਵੀ ਕਹਿਤਾ ਇਹ ਕਰਾਂਗੇ ਉਹਦੇ ਬਾਅਦ ਜਿਹੜਾ ਹੈ ਕਿ ਉਹਨੂੰ ਵੀ ਉਹਦੀ ਮੋਨਿਟਰਿੰਗ ਤਾਂ ਹੋਵੇ ਕਿ ਹਰ 2 ਮਹੀਨੇ ਬਾਅਦ 3 ਮਹੀਨੇ ਬਾਅਦ 6 ਮਹੀਨੇ ਬਾਅਦ ਵੀ ਅਸੀਂ ਇਹ ਕਹਿਆ ਸੀ ਉਹਨੇ ਇਹ ਹੋਇਆ ਕਿ ਨਹੀਂ ਹੋਇਆ ਕਿ ਇਹ ਤਾਂ ਨਾ ਹੋਵੇ ਕਿ ਵੀ ਅਸੀਂ ਆਪਣੀ ਅੱਖ ਫੇਰ ਖੋਲ੍ਹੀਏ ਜਦੋਂ ਕੋਈ ਹੋਰ ਦੁਜਾ ਹਾਦਸਾ ਹੋ ਜੇ ਹੂੰ ਹੂੰ ਤੇ ਜਿਹੜੀ ਹੈ ਮੈਂ ਇਹ ਵੀ ਕਹਾਂਗਾ ਕਿ ਸਾਨੂੰ ਥੋੜੇ ਜਿਹੇ ਜਿਹੜੇ ਨੇ ਆਪਣੇ ਐਸਓਪੀਜ਼ ਵੀ ਬਦਲਨੇ ਪੈਣੇ ਨੇ ਆਰਮੀ ਨੂੰ ਵੀ ਬਦਲਨੇ ਪੈਣੇ 에ਅਰ ਫੋਰਸ ਨੂੰ ਵੀ ਬਦਲਨੇ ਪੈਣੇ ਪੁਲਿਸ ਨੂੰ ਵੀ ਬਦਲਨੇ ਪੈਣੇ ਤੇ ਇੰਟੈਲੀਜੈਂਸ ਏਜੰਸੀਆਂ ਨੂੰ ਵੀ ਥੋੜੇ ਜੇ ਬਦਲਨੇ ਪੈਣਗੇ ਤਾਂਕਿ ਜਿਹੜਾ ਜੇ ਹੈ ਇਹ ਕੰਮ ਹੋਰ ਤਰੀਕੇ ਸਹੀ ਤਰੀਕੇ ਨਾਲ ਹੋ ਸਕੇ ਠੀਕ ਹੈ ਰਣਦੀਪ ਸਿੰਘ ਜੀ ਜਿਸ ਤਰ੍ਹਾਂ ਦੇ ਨਾਲ ਇਹ ਸਾਰਾ ਕੁਝ ਹੋਇਆ ਇਸ ਦੇ ਵਿਚਾਲੇ ਕਾਂਗਰਸ ਲਗਾਤਾਰ ਬਿਆਨ ਦੇ ਰਹੀ ਹੈ ਰੱਖਿਆ ਨੀਤੀ ਨੂੰ ਲੈ ਕੇ ਤਾਂ ਤੁਹਾਨੂੰ ਨਹੀਂ ਲੱਗਦਾ ਕਿ ਇਸ ਵੇਲੇ ਜਿਸ ਤਰ੍ਹਾਂ ਨਾਲ ਹਰ ਵਾਰੀ ਸਰਕਾਰ ਇਹ ਹਮਲੇ ਵੇਲੇ ਕਹਿੰਦੀ ਪਈ ਹੈ ਕਿ ਤੁਹਾਨੂੰ ਨਾਲ ਲੈ ਕੇ ਤੁਹਾਨੂੰ ਨਾਲ ਚੱਲਣਾ ਚਾਹੀਦਾ ਹੈ ਸਰਕਾਰ ਦਾ ਇੱਕਜੁੱਟਤਾ ਨਜ਼ਰ ਆਉਣੀ ਚਾਹੀਦੀ ਹੈ ਇਸ ਵੇਲੇ ਤੁਹਾਡੇ ਮਤਮ ਜਰੀਏ ਪਹਿਲਾਂ ਤਾਂ ਮੈਂ ਸ਼ਰਦਾ ਦੇ ਫੁੱਲ ਪੇਂਟ ਉਹਨਾਂ دیਵਾਨਾ ਨੂੰ ਕਰਨਾ ਜਿਹਨਾਂ ਨੇ ਸਾਡੇ ਪੰਜਾਬ ਦੀ ਅਮਨ ਸ਼ਾਂਤੀ ਲਗਾਤਾਰ ਜਿਵੇਂ ਬਹਾਲ ਰੱਖੀ ਹੈ। ਔਰ ਉਸ ਕਾਲੇ ਦਿਨਾਂ ਤੋਂ ਸਾਨੂੰ ਪੰਜਾਬ ਨੂੰ ਪਹਚਾਇਆ। ਕਿਉਂਕਿ ਹਾਂ ਤੱਕ ਤਾਂ ਕੋਈ ਧਰਮ ਨਹੀਂ ਕੋਈ ਇਮਾਨ ਨਹੀਂ। ਔਰ ਦੂਜੀ ਗੱਲ ਤੁਸੀਂ ਸੁਣਿਆ ਸੀ ਸਦਾ ਰਜਿੰਦਰ ਜੀ ਨੇ ਵੀ ਜ਼ਿਕਰ ਕੀਤਾ ਹੈਗਾ। ਹਮ ਔਰ ਜਿਵੇਂ ਡਿਫੈਂਸ ਮਿਨਿਸਟਰ ਸਾਹਿਬ ਨੇ ਜ਼ਿਕਰ ਕੀਤਾ ਕੁਛ ਨਾ ਕਿਤੇ ਕੁਤਾਹੀ ਅੰਗਿਲੀ ਰਹੀ ਹੈ। ਹਮ ਜਬ 6 ਮਹੀਨੇ ਪਹਿਲਾਂ ਪਠਾਨਕੋਟ ਦਾ ਇਹ ਵਾਕਿਆ ਹੋਇਆ ਉਸ ਤੋਂ ਬਾਅਦ ਮੈਂ ਸਮਝਦਾ ਸਾਨੂੰ ਇਸ ਤੋਂ ਇੱਕ ਸਬਕ ਸਿੱਖ ਲੈਣਾ ਚਾਹੀਦਾ ਸੀ ਕਿਉਂਕਿ ਬੇਕਸੂਰ ਜਾਣਾ ਉਦੋਂ ਗਈਆਂ ਹੂੰ ਹੂੰ ਔਰ ਮੈਂ ਤੁਹਾਡੇ ਮਾਧਿਅਮ ਦੇ ਜ਼ਰੀਏ ਜ਼ਰੂਰ ਮੰਗ ਕਰਾਂਗਾ ਕੇਂਦਰ ਦੀ ਸਰਕਾਰ ਤੋਂ ਕਿ ਸੁਰੱਖਿਆ ਦੇ ਪ੍ਰਬੰਧ ਸਾਡੇ ਬਾਰਡਰ ਤੇ ਜ਼ਰੂਰ ਵਿਧਾਨੇ ਕਿਉਂਕਿ ਪੰਜਾਬ ਇੱਕ ਸੈਂਸਿਟਿਵ ਏਰੀਆ ਰਿਹਾ ਹੈ ਪਹਿਲਾਂ ਹੂੰ ਔਰ ਅਸੀਂ ਅੰਤਰਕਵਾਦ ਚੋਂ ਗੁਦਰ ਕੇ ਗਏ ਆ ਪੰਜਾਬ ਦੇ ਲੋਕ ਜਾਣਦੇ ਕਿੰਨਾ ਦੁੱਖ ਉਹਨਾਂ ਨੂੰ ਝੱਲਣਾ ਪਿਆ ਕਿੰਨੀ ਬੇਕਸੂਰ ਜਾਣਾ ਕੋਈਆਂ ਔਰ ਅਸੀਂ ਚਾਹੁੰਦੇ ਆ ਕਿ ਪੰਜਾਬ 'ਚ ਅਮਨ ਸ਼ਾਂਤੀ ਬਹਾਲ ਰਹੇ ਜਿਵੇਂ ਪਹਿਲਾਂ ਸੀ ਔਰ ਇਸ ਕੇਂਦਰ ਜਲਦੀ ਤੋਂ ਜਲਦੀ ਜੋ ਪੰਜਾਬ ਸਰਕਾਰ ਦੇ ਜ਼ਰੀਏ ਮੰਗ ਕਰਨਗੇ ਉਹਨੂੰ ਮੁਕੰਮਲ ਕਰੇ ਤਾਂ ਕਿ ਸਾਡਾ ਪੰਜਾਬ ਦਾ ਜਿਹੜਾ ਬਾਰਡਰ ਸਾਰਾ ਹੈ ਉਹ ਸੁਰੱਖਿਤ ਹੋ ਸਕੇ ਤਾਂ ਕਿ ਕਾਹਾਂ ਤੋਂ ਐਸੇ ਵਾਕਿਆ ਨਾ ਹੋ ਸਕੇ ਠੀਕ ਹੈ ਹਾ ਮਨਜੀਤ ਰਾਏ ਜੀ ਜਿਹੜਾ ਕਾਂਗਰਸ ਦਾ ਕਾਂਗਰਸ ਦਾ ਇੱਕੋ ਹੀ ਲਕਸ਼ ਰਿਹਾ ਜੀ ਜੀ ਮੈਂ ਇੱਕ ਬੇਨਤੀ ਕਰਨੀ ਸੀ ਕਾਂਗਰਸ ਸੇ ਇੱਕੋ ਹੀ ਲਕਸ਼ ਰਿਹਾ ਕਾਂਗਰਸ ਆਤਕ ਦੇ ਖਿਲਾਫ ਹੈ ਔਰ ਦੇਸ਼ ਦੇ ਨਾਲ ਖੜੀ ਹੈ ਔਰ ਕਾਂਗਰਸ ਕਦੇ ਆਤਕ ਦਾ ਸਾਥ ਨਹੀਂ ਦੇਗੀ ਕਿਉਂਕਿ ਕਾਂਗਰਸ ਸੇ ਸ਼ਾਂਤਤਾ ਦਿੰਦੀ ਹੈ ਆਤਕ ਦੇ ਤਹਿਤ ਸ਼ਾਂਤਤਾ ਤੋ ਠੀਕ ਹੈ ਇਹ ਤਾਂ ਹਰ ਦੇਸ਼ ਦਾ ਹਰ ਨਾਗਰਿਕ ਦੇ ਇਹ ਹੀ ਮੈਸੇਜ ਹੋਏਗਾ ਦੇਸ਼ ਦਾ ਹਰ ਨਾਗਰਿਕ ਜਿਹੜਾ ਹੈ ਆਤੰਗ ਦੇ ਖਿਲਾਫ ਇਹ ਮੈਸੇਜ ਦੇਣਾ ਚਾਹੁੰਦਾ ਮਨਜੀਤ ਸਿੰਘ ਰਾਏ ਜੀ ਜਦੋਂ ਪਹਿਲਾ ਦਿਨਾਨਗਰ ਹਮਲਾ ਹੋਇਆ ਉਸ ਦਾ ਵੀ ਜ਼ਿਕਰ ਕਿਉਂਕਿ ਵਾਰ-ਵਾਰ ਕਰਨਾ ਜ਼ਰੂਰੀ ਬਣਦਾ ਹੈ ਇੱਥੇ ਕਿਉਂਕਿ ਲਗਾਤਾਰ 6 ਮਹੀਨੇ ਬਾਅਦ ਦੂਸਰਾ ਹਮਲਾ ਹੋ ਗਿਆ ਉਸ ਵੇਲੇ ਜਾਂਚ ਦੀ ਗੱਲ ਕੀਤੀ ਗਈ ਸੀ NIA ਜਾਂਚ ਦੀ ਮੰਗ ਉੱਠੀ ਸੀ ਪਰ ਉਹ NIA ਜਾਂਚ ਹੋਈ ਨਹੀਂ ਸੀ ਪੰਜਾਬ ਸਰਕਾਰ ਨੇ ਕਿਹਾ ਸੀ ਕਿ ਅਸੀਂ ਆਪਣੇ ਪੱਧਰ ਤੇ ਜਾਂਚ ਕਰਾਂਗੇ ਉਸ ਜਾਂਚ ਦੀ ਰਿਪੋਰਟ ਅਜੇ ਤੱਕ ਨਹੀਂ ਆਈ ਹੈ ਇਹ ਇੱਕ ਵੱਡਾ ਫੈਕਟ ਹੈ ਤੇ ਪਰ ਹੁਣ ਵੀ ਹੁਣ NIA ਸ਼ੁਰੂ ਤੋਂ ਇਨਵੋਲ ਹੋ ਗਈ ਹੈ ਤਾਂ ਕਿਤੇ ਨਾ ਕਿਤੇ ਜਿਹੜੀ ਹੈ ਉਸ ਵੇਲੇ ਵੀ ਕੋਆਰਡੀਨੇਸ਼ਨ ਦੀ ਜਿਹੜੀ ਕਮੀ ਰਹੀ ਹੈ ਕਿਤੇ ਨਾ ਕਿਤੇ ਕਿ ਜਿਹੜੀ ਜਾਂਚ ਉਸ ਵੇਲੇ ਸਹੀ ਤਰੀਕੇ ਨਾਲ ਕੀਤੀ ਹੁੰਦੀ ਲੂਪ ਹੋਲਸ ਪਤਾ ਲੱਗਦੇ ਕਿਉਂਕਿ ਇਹ ਵੀ ਪਤਾ ਲੱਗਿਆ ਕਿ ਜਿਹੜਾ ਰਸਤਾ ਉਸ ਵੇਲੇ دہشت گردਾਂ ਨੇ ਅਪਣਾਇਆ ਸੀ ਉਸੇ ਰਸਤੇ ਨੂੰ ਦੁਬਾਰਾ ਇਸਤੇਮਾਲ ਕੀਤਾ ਗਿਆ ਇਸ ਵਾਰ ਹੋ ਸਕਦਾ ਜੀ ਇਸ ਪਰ ਇਸ ਵੇਲੇ ਅਸੀਂ ਇਹ ਇਹ ਗੱਲ ਜਿਹੜੀ ਯਕੀਨ ਨਾਲ ਨਹੀਂ ਕਹਿ ਸਕਦੇ ਪਰ ਉੱਥੇ ਜਿਓਗ੍ਰਾਫਿਕਲੀ ਕੁਝ ਏਰੀਆ ਵੀ ਉਹ ਇਸ ਤਰ੍ਹਾਂ ਦਾ ਹੈ ਕਿ ਉਹ ਦਰਿਆ ਪੈਂਦਾ ਹੈ ਰਾਵੀ ਦਰਿਆ ਪੈਂਦਾ ਜੀ ਔਰ ਹੋ ਸਕਦਾ ਕਿ ਉਹਨਾਂ ਨੇ ਉਸ ਰਸਤੇ ਨੂੰ ਦੁਬਾਰਾ ਵਰਤਿਆ ਹੋਵੇ ਪਰ ਅਰੇ ਇੱਕਦਮ ਅੱਜ ਹੀ ਆਪਾਂ ਇਹ ਸਿਟੀ ਦੇ ਆ ਪਹੁੰਚ ਜਾਈਏ ਕਿ ਉਹ ਇੱਥੋਂ ਆਏ ਨੇ ਮੈਂ ਇਸ ਨਾਲ ਸਹਿਮਤ ਨਹੀਂ ਹਾਂ ਕਿਉਂਕਿ ਉਹਨਾਂ ਨੇ ਤਾਂ ਸਮੇਂ ਦੀ ਤਾਕਤ ਰਹਿਣਾ ਵੀ ਕਿਹੜੇ ਵੇਲੇ ਕੁਝ ਪੈਟ ਕਰੀਏ ਔਰ ਕਿਹੜੇ ਵੇਲੇ ਨਹੀਂ ਇੱਥੇ ਜਿਹੜਾ ਇੱਕ ਪੁਆਇੰਟ ਸਾਬ ਕਰੇਗੀ ਜਿਹੜਾ ਪੁਆਇੰਟ ਇਹ ਹੈ ਪਾਕਿਸਤਾਨ ਤੋਂ ਆਇਆ ਪਾਕਿਸਤਾਨ ਤੋਂ ਕੁਝ ਪੈਟ ਦੇ ਰਸਤੇ ਕਰਕੇ ਉਹਨਾਂ ਨੇ ਇਧਰੋਂ ਆਇਆ ਇਹ ਗੱਲ ਤਾਂ ਹੁਣ ਤੱਕ ਵੀ ਕਾਫੀ ਗੱਦ ਤੱਕ ਕਲੀਅਰ ਹੋ ਚੁੱਕੀ ਹੈ ਐਨਆਈਏ ਵੀ ਇਸਕੇ ਕਹਿ ਚੁੱਕੇ ਕਿ ਪਾਕਿਸਤਾਨ ਦੀ ਕੁਝ ਪੈਟ ਪਾਕਿਸਤਾਨ ਦੇ ਵੱਲੋਂ ਹੋਈ ਹੈ ਰਸਤਾ ਇਹੋ ਹੀ ਬਣਦਾ ਤਾਂ ਕਿਤੇ ਨਾ ਕਿਤੇ ਜਿਹੜਾ ਹੈ ਇਹ ਗੱਲ ਤਾਂ ਮੰਨੀ ਹੋਈਗੀ ਕਿ ਉਸ ਵੇਲੇ ਦੇ ਲੂਪ ਹੋਲਸ ਜਿਹੜੇ ਆ ਉਹਨਾਂ ਦਾ ਹੀ ਫਾਇਦਾ ਦੁਬਾਰਾ ਚੱਕਿਆ ਗਿਆ ਹੈ ਔਰ ਸਾਨੂੰ ਤਾਲਮੇਲ ਉਸ ਚੀਜ਼ ਦਾ ਹੋਣਾ ਚਾਹੀਦਾ ਸੀਗਾ ਅਗਰ ਕਮੀ ਹੈ ਤੇ ਕਮੀ ਕਮੀਆਂ ਹੀ ਸਾਨੂੰ ਦੂਰ ਕਰਨੀਆਂ ਚਾਹੀਦੀਆਂ ਨੇ ਔਰ ਅ ਔਰ ਇਹ ਅੱਗੇ ਤੋਂ ਨਾ ਹੋਵੇ ਹਮ ਔਰ ਉਸ ਵਾਸਤੇ ਜਿੱਥੇ ਸਰਕਾਰਾਂ ਸਰਕਾਰਾਂ ਦਨਕੇ ਲੱਗਣ ਫੋਰਸਸ ਦਨਕੇ ਲੱਗਣ ਉਥੇ ਅਸੀਂ ਉਹਨਾਂ ਦੇ ਮੋਰਲ ਅਪਕਰ ਨਹੀਂ ਉਹਨਾਂ ਦੇ ਫੋਰਸਸ ਦਾ ਸਹਿਯੋਗ ਕਰੀਏ ਔਰ ਅ ਅਸੀਂ ਜਿਹੜੇ ਸਿਵਲ ਦੇ ਲੋਕ ਆ ਸੀ ਸਾਡੀਆਂ ਫੋਰਸਸ ਦੇ ਵਾਸਤੇ ਹਮੇਸ਼ਾ ਤਤਪਰ ਰਹੀ ਹੈ ਉਹਨਾਂ ਦੇ ਮੋਰਲ ਬੂਸਟ ਕਰਨ ਵਾਸਤੇ ਸਾਡਾ ਸਹਿਯੋਗ ਜ਼ਰੂਰੀ ਹੈ ਠੀਕ ਹੈ ਡਾਕਟਰ ਬਬਲੇਂਦਰ ਸਿੰਘ ਜੀ ਆਵਾਜ਼ ਵੀ ਪਾਰਟੀ ਦੀ ਕੀ ਰਾਏ ਹੈ ਇਸ ਪੂਰੇ ਜੋ ਇਸ ਵੇਲੇ ਕਟਨਾਕਰਮ ਹੋ ਰਿਹਾ ਹੈ ਜੀ ਜੀ ਬਲਵਿੰਦਰ ਜੀ ਇਹਦੇ ਵਿੱਚ ਚਾਰ ਮੁੱਦੇ ਹੈਗੇ ਆਪਾਂ ਇੱਕ ਮੁੱਦੇ ਦੀ ਗੱਲ ਕਰ ਰਹੇ ਹਾਂ ਜਿਹੜਾ ਡੀਜੀਪੀ ਸਾਹਿਬ ਨੇ ਕਿਹਾ ਜਿਹੜਾ ਮੁੱਦਾ ਤੁਸੀਂ ਚੱਕਿਆ ਇੱਕ ਤਾਂ ਹੈਗਾ ਇੱਕ ਮੁੱਦਾ ਹੈਗਾ ਸਕਿਉਰਿਟੀ ਅਪਗ੍ਰੇਡ ਉਹ ਦਿਨਾਂ ਨਗਰ ਤੋਂ ਬਾਅਦ ਹੋ ਜਾਣਾ ਚਾਹੀਦਾ ਸੀਗਾ ਚਲੋ ਜਿਹੜੀ ਗੱਲ ਹੋ ਗਈ ਠੀਕ ਹੈ ਹੁਣ ਅਪਗ੍ਰੇਡ ਹੋ ਜਾਣਾ ਚਾਹੀਦਾ ਵੀ ਸ਼ੁੱਡ మేਕ ਇਟ ਫੂਲ ਪ੍ਰੂਫ ਦੂਜਾ ਹੈਗਾ ਕੂਟਨੀਤਿਕ ਸਤਰ ਤੇ ਜਿਹੜੀ ਸਾਡੀ ਵਿਦੇਸ਼ ਨੀਤੀ ਹੈ ਉਹਦੇ ਵਿੱਚ ਜਿਹੜੀ ਸਾਡੀ ਭਾਰਤ ਸਰਕਾਰ ਹੈ ਜਾਂ ਸਾਡੀ ਪੰਜਾਬ ਸਰਕਾਰ ਹੈ ਇਹਨਾਂ ਨੂੰ ਸਾਰੀਆਂ ਪਾਰਟੀਆਂ ਨਾਲ ਮਿਲ ਕੇ ਇੱਕ ਸਾਡ ਜਿਹੜੀਆਂ ਸਾਰੀਆਂ ਪਾਰਟੀਆਂ ਦੀ ਸਾਂਝੀ ਇੱਕ ਮੀਟਿੰਗ ਕਰਕੇ ਉਹਨਾਂ ਦੇ ਨਾਲ ਇੱਕ ਰਣਨੀਤੀ ਬਣਾਣੀ ਚਾਹੀਦੀ ਹੈ ਤੇ ਤੀਜਾ ਮੁੱਦਾ ਹੈਗਾ ਜਿਹੜੇ ਸਾਡੇ ਸਕਿਉਰਿਟੀ ਫੋਰਸਸ ਆ ਸਾਨੂੰ ਉਹਨਾਂ ਦਾ ਮਾਨ ਸਨਮਾਨ ਚਾਹੀਓ ਇੱਕ ਰਹਿ ਕੇ ਇੱਕ ਪੈਨਸ਼ਨ ਆ ਜਾਂ ਉਹ ਜਿਹੜੇ ਪੰਜਾਬ ਦੇ ਜਿਹੜੇ ਪੈਸਕੋ ਵਾਲੇ ਹੈਗੇ ਆ ਉਹਨਾਂ ਨੂੰ ਮਤਲਬ ਉਹਨਾਂ ਦਾ ਜਿਹੜਾ ਵੇਜਸ ਆ ਉਹ ਦੂਜੇ ਨਾਰਮਲ ਪੁਲਿਸ ਦੇ ਬਰਾਬਰ ਹੋਣਾ ਚਾਹੀਦਾ ਸਾਰ ਇੱਕ ਸਭ ਤੋਂ ਇੰਪੋਰਟੈਂਟ ਮੁੱਦਾ ਜੇ ਦੀ ਆਪਾਂ ਗੱਲ ਨਹੀਂ ਕਰਦੇ ਜਿੰਨੇ ਆਪਣੇ ਬਾਰਡਰ ਵਿਲੇजेस ਹੈਗੇ ਆ ਉਹ ਬਹੁਤ ਨੈਗਲੈਕਟਡ ਹੈ ਲੋਕਾਂ ਨੂੰ ਜਿਹੜੀਆਂ ਸਾਡੀਆਂ ਸਰਕਾਰਾਂ ਹੈਗੀਆਂ ਇਹਨਾਂ ਨੂੰ ਅੰਡਰ ਐਸਟੀਮੇਟ ਨਹੀਂ ਕਰਨਾ ਚਾਹੀਦਾ ਉਹਨਾਂ ਲੋਕਾਂ ਦੇ ਵਿੱਚ ਜਾ ਕੇ ਉਹਨਾਂ ਨੂੰ ਮਿਲ ਕੇ ਉਹਨਾਂ ਨੂੰ ਐਜੂਕੇਸ਼ਨ ਉਹਨਾਂ ਨੂੰ ਹੈਲਥ ਉਹਨਾਂ ਦੇ ਨਾਲ ਇੱਕ ਤਾਲਮੇਲ ਕਰਕੇ ਕੋਈ ਵੀ ਲੜਾਈ ਲੋਕਾਂ ਦੀ ਇਨਵੋਲਵਮੈਂਟ ਤੋਂ ਬਿਨਾਂ ਨਹੀਂ ਜਿੱਤੀ ਜਾ ਸਕਦੀ ਚਾਹੇ ਉਹ ਅਤੰਕਵਾਦ ਦੇ ਖਿਲਾਫ ਕਿਉਂ ਹੀ ਨਾ ਹੋਵੇ ਜਿਹੜੇ ਸਾਡੇ ਬਾਰਡਰ ਤੇ ਜਿਹੜੇ ਸਾਡੇ ਠੀਕ ਇਹ ਇਚ ਵਧੀਆ ਤੁਸੀਂ 4.9 ਮੈਸ ਦੇ ਬਾਰੇ ਵੀ ਚਰਚਾ ਜ਼ਰੂਰ ਕਰਾਂਗੇ ਦਿਲਜੀਤ ਚਿਮੜ ਜਿਹੜੀ ਇਹ ਖਾਸ ਗੱਲ ਕਹੀ ਗਈ ਹੈ ਇਸ ਦੇ ਵਿੱਚ ਇਕਤਾ ਫੋਰਸਸ ਦੀ ਬਾਰੇ ਉਹ ਤੇ ਜੋ ਸੈਂਟਰ ਦਾ ਮੁੱਦਾ ਪਰ ਜਿਹੜਾ ਬਾਰਡਰ ਵਿਲੇजेस ਦੇ ਵਿੱਚ ਜਿਹੜੀ ਜਿਹੜੀ ਗੱਲ ਕੀਤੀ ਗਈ ਹੈ ਇਸ ਵੇਲੇ ਉਸ ਦੇ ਵਿੱਚ ਪੰਜਾਬ ਸਰਕਾਰ ਕੀ ਕੁਝ ਕਰ ਸਕਦੀ ਹੈ ਦੇਖੋ ਅਸੀਂ ਆਲਰੇਡੀ ਸੈਂਟਰ ਗਵਰਨਮੈਂਟ ਕੋਲੇ ਜਿਹੜੇ ਬਾਰਡਰ ਦੇ ਬਿਲਕੁਲ ਤਾਰ ਦੇ ਨਾਲ ਲੱਗਦੇ ਇਲਾਕੇ ਆ ਉਹਨਾਂ ਲੋਕਾਂ ਦੀਆਂ ਮੁਸ਼ਕਲਾਂ ਜਿਹੜੀਆਂ ਹੈਗੀਆਂ ਨੇ ਉਹ ਬਹੁਤ ਵਾਰੀ ਸੈਂਟਰ ਗਵਰਨਮੈਂਟ ਦੇ ਕੋਲ ਅੱਗੇ ਵੀ ਰੇਜ਼ ਕੀਤੀਆਂ ਪਹਿਲਾਂ ਵੀ ਜਦੋਂ ਕਾਂਗਰਸ ਦਾ ਰਾਜ ਸੀ ਲੰਬਾ ਸਮਾਂ ਉਦੋਂ ਵੀ ਅਸੀਂ ਰੇਜ਼ ਕਰਦੇ ਰਹੇ ਹਾਂ ਔਰ ਹੁਣ ਵੀ ਜਿਹੜੀਆਂ ਸਮੇਂ-ਸਮੇਂ ਤੇ ਮੁੱਖ ਮੰਤਰੀ ਸਾਹਿਬ ਉਹਨਾਂ ਦੀਆਂ ਮੁਸ਼ਕਲਾਂ ਉੱਥੇ ਰੇਜ਼ ਕਰਦੇ ਰਹੇ ਹੂੰ ਔਰ ਆਪਣੇ ਵੱਲੋਂ ਜੋ ਅਸੀਂ ਕੰਪਨਸੇਸ਼ਨ ਜਿਹੜੀ ਸਟੇਟ ਗਵਰਨਮੈਂਟ ਵੱਲੋਂ ਦੇ ਸਕਦੇ ਆ ਉਹਨਾਂ ਕਿਸਾਨਾਂ ਨੂੰ ਜਿਨ੍ਹਾਂ ਦੇ ਜਿਹੜੇ ਖੇਤ ਆ ਉਹ ਵਾਰ ਤੋਂ ਦੂਜੇ ਪਾਸੇ ਪੈਂਦੇ ਆ ਉਹ ਕੁਛ ਅਸੀਂ ਸਾਰਾ ਆਪਣੇ ਉੱਤੇ ਕਰਦੇ ਆ ਲੇਕਿਨ ਇਹ ਡੈਫੀਨਿਟਲੀ ਜ਼ਰੂਰਤ ਹੈ ਕਿ ਜਿਹੜੇ ਬਾਰਡਰ ਬੈਲਟ ਹੈਗੇ ਆ ਹੂੰ ਹੂੰ ਉਹਦੀ ਹੋਰ ਡਵੈਲਪਮੈਂਟ ਦੀ ਉੱਤੇ ਇਨਫਰਾਸਟ੍ਰਕਚਰ ਨੂੰ ਹੋਰ ਸਟਰੈਂਥਨਰ ਕਰਨ ਦੀ ਰੋਡਸ ਨੂੰ ਹੋਰ ਸਟਰੈਂਥਨਰ ਕਰਨ ਦੀ ਕਿਉਂਕਿ ਉਹਦੇ ਨਾਲ ਲੋਕਲ ਜਿਹੜੀ ਸਿਵਲ ਪਪੂਲੇਸ਼ਨ ਹੈ ਉਹਦਾ ਕੌਨਫੀਡੈਂਸ ਵੀ ਵਧਦਾ ਔਰ ਉਹਦੇ ਨਾਲ ਜਿਹੜੀ ਡਿਫੈਂਸ ਦੀ ਮੂਵਮੈਂਟ ਹੈ ਸਾਡੀ ਹੂੰ ਹੂੰ ਉਹ ਵੀ ਬੈਟਰ ਹੁੰਦੀ ਹੈ ਇਸ ਕਰਕੇ ਇੱਕ ਕੰਟੀਨਿਊਸ ਪ੍ਰੋਸੈਸ ਹੈ ਪਹਿਲਾਂ ਕਾਫੀ ਕੁਝ ਸੁਧਾਰ ਬਾਰਡਰ ਦੇ ਇਲਾਕਿਆਂ ਦਾ ਅਸੀਂ ਕੀਤਾ ਚ ਕਿ ਹਾਲ ਹੈ ਡੈਫੀਨੇਟਲੀ ਉੱਤੇ ਹੋਰ ਇਨਵੈਸਟਮੈਂਟ ਦੀ ਰਜਿੰਦਰ ਜੀ ਇੱਕ ਸਵਾਲ ਤੁਹਾਨੂੰ ਪੁੱਛਣਾ ਚਾਹੁੰਦੇ ਆ ਜਿਵੇਂ ਕਵਾਟਰ ਦੇ ਜਿਹੜੇ ਹੈਗੇ ਨੇ ਉਹਨਾਂ ਦੇ ਉੱਤੇ ਚਿਮਾ ਜੀ ਵੀ ਚਿਮਾ ਜੀ ਇੰਸਟਾਲ ਕਰਨ ਦੀ ਗੱਲ ਹੈ ਅਰਜਿੰਦਰ ਜੀ ਵੀ ਗੱਲ ਕਹਿਣਾ ਚਾਹੁੰਦੇ ਇੱਕ ਚਿਮਾ ਜੀ ਇੱਕ ਬੋਰਡਰ ਮੈਨੇਜਮੈਂਟ ਪਲਾਨ ਹੈ ਗਵਰਨਮੈਂਟ ਆਫ ਇੰਡੀਆ ਦੀ ਸਟੇਟ ਗਵਰਨਮੈਂਟ ਨਾਲ ਬਣਾ ਕੇ ਕੀਤੀ ਹੈ ਤੁਸੀਂ ਜਰਾ ਜਾ ਕੇ ਦੇਖਣਾ ਕਿ ਉਸ ਦੇ ਵਿੱਚ ਤੁਹਾਨੂੰ ਕਿੰਨਾ ਫਾਇਦਾ ਹੋਇਆ ਕਿੰਨਾ ਕੋਈ ਤੁਹਾਨੂੰ ਅਸਿਸਟੈਂਸ ਮਿਲੀ ਤੇ ਕਿੰਨੀ ਹੋਰ ਮਿਲਣੀ ਚਾਹੀਦੀ ਹੈ ਤੁਸੀਂ ਕਿੰਨੀ ਡਿਮਾਂਡ ਕੀਤੀ ਆਏ ਉਹ ਬਾਰਡਰ ਮੈਨੇਜਮੈਂਟ ਪਲਾਨ ਦਾ ਜਿਹੜਾ ਸਿਵਲਰਨ ਅਪਗ੍ਰੇਡੇਸ਼ਨ ਦਾ ਜਿਹੜਾ ਪਲਾਨ ਹੈ ਉਹਦੇ ਵੀ ਕੰਮ ਕਰਨਾ ਚਾਹੀਦਾ ਹੈ देयर इज ऑलरेडी ਅ ਪਲਾਨ ਜੀ ਜੀ ਮਚੀਮਾ ਜੀ ਨਹੀਂ ਮੈਂ ਆਲਰੇਡੀ ਇਹੀ ਕਿਹਾ ਹੈ ਆਲਰੇਡੀ ਉਹਦੇ ਤੇ ਸੈਂਟਰ ਵੱਲੋਂ ਆਲਰੇਡੀ ਜੀ ਬਾਰਡਰ ਏਰੀਆ ਡਿਵੈਲਪਮੈਂਟ ਫੰਡ ਆਉਂਦਾ ਜੀ ਹਮ ਔਰ ਹਰ ਸਾਲ ਆਉਂਦਾ ਹੈ 10 ਕਿਲੋਮੀਟਰ ਤੱਕ ਬਾਰਡਰ ਏਰੀਆ ਡਿਵੈਲਪਮੈਂਟ ਫੰਡ ਜਿਹੜਾ ਦਿੱਤਾ ਜਾਂਦਾ ਹੈ ਜਿਹੜੇ ਬਾਰਡਰ ਦੇ ਉੱਪਰ ਪਿੰਡ ਨੇ ਉਹਨਾਂ ਦੇ ਜਿਹੜੀਆਂ ਬੇਸਿਕ ਸਹੂਲਤਾਂ ਨੇ ਉਹਨਾਂ ਨੂੰ ਪੂਰਾ ਕਰਨ ਵਾਸਤੇ ਸੈਂਟਰ ਦੀ ਤਰਫੋਂ ਫੰਡ ਤਿੰਨੇ ਸਾਡੇ ਜਿਹੜੇ ਤਿੰਨੇ ਚਾਰ ਡਿਸਟ੍ਰਿਕਟ ਲੱਗਦੇ ਨੇ ਚਾਹੇ ਉਹ ਗਰਦਾਸਪੁਰ ਹੈ ਚਾਹੇ ਅੰਮ੍ਰਿਤਸਰ ਹੈ ਚਾਹੇ ਫਿਰੋਜ਼ਪੁਰ ਹੈ ਫਾਜ਼ਿਲਕਾ ਹੈ ਇਹਨਾਂ ਸਾਰੇ ਦੇ ਸਾਰੇ ਡਿਸਟ੍ਰਿਕਟਾਂ ਲਈ 10 ਕਿਲੋਮੀਟਰ ਤੱਕ ਜਿਹੜਾ ਜ਼ਰੂਰਤਾਂ ਹੁੰਦੀਆਂ ਨੇ ਸਾਡੀਆਂ ਮੁੱਢਲੀਆਂ ਸਹੂਲਤਾਂ ਨੇ ਪਿੰਡਾਂ ਵਾਸਤੇ ਉਸ ਵਾਸਤੇ ਸੈਂਟਰ ਦੀ ਤਰਫੋਂ ਬਲਡ ਰੀਅਲ ਡਵੈਲਪਮੈਂਟ ਫੰਡ ਆਉਂਦਾ ਹੈ ਜੀ ਹਰ ਸਾਲ ਆਉਂਦਾ ਹੈ ਹਾਂ ਹਾਂ ਚ ਚੀਮਾ ਜੀ ਇੱਕ ਜਿਹੜੀ ਸੈਕੰਡ ਲਾਈਨ ਆਫ ਡਿਫੈਂਸ ਦੀ ਮੰਗ ਕੀਤੀ ਜਾਂਦੀ ਹੈ ਕੀਤੀ ਗਈ ਹੈ ਡਿਪਟੀ ਸੀਐਮ ਦੇ ਵੱਲੋਂ ਵੀ ਉਹ ਜਿਹੜੀ ਪੰਜਾਬ ਪੁਲਿਸ ਦੀ ਹੀ ਇੱਕ ਸੈਕੰਡ ਲਾਈਨ ਮੰਗੀ ਗਈ ਹੈ ਪੰਜਾਬ ਪੁਲਿਸ ਤਾਂ ਆਲਰੇਡੀ ਜਿਹੜੀ ਹੈ ਉਸ ਨੂੰ ਕਿਸ ਤਰ੍ਹਾਂ ਡਿਪਲੋਏ ਕਰਨਾ ਉਹ ਸੁਭਾ ਸਰਕਾਰ ਦੇ ਅੰਡਰ ਹੈ ਨਾ ਨੇਚਰਲੀ ਇਹਨਾਂ ਨੇ ਜਿਹੜੀ ਦੋ ਇਹ ਇੱਕ ਤੋਂ ਬਾਅਦ ਦੂਜੀ ਜਿਹੜੀ ਇਨਸੀਡੈਂਟ ਹੋਈ ਹੈ ਕਿਉਂਕਿ ਇਸ ਗੱਲ ਨੂੰ ਤਾਂ ਆਪਾਂ ਮੰਨਦੇ ਹਾਂ ਕਿ ਕਿਸੇ ਨਾ ਕਿਸੇ ਥਾਂ ਦੇ ਉੱਤੇ ਚਾਹੇ ਕੋਈ ਪੁਆਇੰਟ ਹੋਏ ਐਂਟਰੀ ਦਾ ਉਹਨਾਂ ਦਾ ਪੰਜਾਬ ਦੇ ਵਿੱਚ ਵੀ ਹੋ ਸਕਦਾ ਹੈ ਪੰਜਾਬ ਤੋਂ ਬਾਅਦ ਦਾ ਵੀ ਹੋ ਸਕਦਾ ਹੈ ਲੇਕਿਨ ਇਨਫਿਲਟ੍ਰੇਸ਼ਨ ਜਿਹੜੀ ਹੈ ਅਕ੍ਰੋਸ ਦੀ ਬਾਰਡਰ ਹੁੰਦੀ ਹੈ ਉਸ ਤੋਂ ਬਾਅਦ ਹੀ ਇਹ ਆ ਕੇ ਪੰਜਾਬ ਦੀ ਟੈਰੀਟਰੀ ਦੇ ਵਿੱਚ ਐਂਟਰ ਕਰਦੇ ਪੁਲਿਸ ਜਿਹੜੀ ਹੈ ਉਹ ਉੱਥੇ ਜ਼ਿੰਮੇਵਾਰੀ ਉਹਦੀ ਜਿਹੜੀ ਬਾਰਡਰ ਕ੍ਰਾਸ ਕਰਨ ਤੋਂ ਬਾਅਦ ਹੀ ਬਣਦੀ ਹੈ ਕਿਉਂਕਿ ਬਾਰਡਰ ਦੇ ਉੱਤੇ ਜਾਂ ਬਾਰਡਰ ਸਕਿਉਰਿਟੀ ਫੋਰਸ ਜਾਂ ਆਰਮੀ ਜਿਹੜੀ ਹੈ ਉਹ ਡਿਪਲਾਈਡ ਹੁੰਦੀ ਹੈ ਉਸ ਤੋਂ ਅੰਦਰ ਜਿਹੜੀ ਹੈ ਫਿਰ ਸਟੇਟ ਦੀ ਜ਼ਿੰਮੇਵਾਰੀ ਬਣਦੀ ਹੈ ਬਿਲਕੁਲ ਨੈਚੁਰਲੀ ਅਸੀਂ ਜਿੱਥੇ ਰਿਕੁਐਸਟ ਕਰਾਂਗੇ ਗਵਰਨਮੈਂਟ ਆਫ ਇੰਡੀਆ ਨੂੰ ਕਿ ਬਾਰਡਰਸ ਨੂੰ ਹੋਰ ਬੈਟਰ ਤਰੀਕੇ ਦੇ ਨਾਲ ਸੀਲ ਕੀਤਾ ਜਾਵੇ ਉੱਥੇ ਸੈਂਟੀਫਿਕ ਸਰਵੇਲੈਂਸ ਜਿਹੜੀ ਆ ਉਹ ਹੋਰ ਵਧਾਈ ਜਾਵੇ ਉਹਦੇ ਨਾਲ ਦੀ ਨਾਲ ਅਸੀਂ ਜਿਹੜੇ ਆਪਣੇ ਬਾਰਡਰ ਡਿਸਟ੍ਰਿਕਟਸ ਨੇ ਉੱਥੇ ਪੁਲਿਸ ਨੂੰ ਵੀ ਉਹਨਾਂ ਏਰੀਆ ਦੇ ਵਿੱਚ ਹੋਰ ਸਟਰੰਗਥਨ ਕਰਕੇ ਕਿ ਜੇ ਇਨ ਕੇਸ ਇਸ ਤਰ੍ਹਾਂ ਕੋਈ ਕਸਪੈਕਟ ਹੁੰਦੀ ਹੈ ਤੇ ਉਹਨੂੰ ਹੋਰ ਬੈਟਰ ਤਰੀਕੇ ਦੇ ਨਾਲ ਜਿਹੜਾ ਟੈਕਲ ਕੀਤਾ ਜਾ ਸਕੇ ਉਹਦੇ ਵਾਸਤੇ ਸਟੇਟ ਗਵਰਨਮੈਂਟ ਦੇ ਜਿਹੜੇ ਸਟੈਪ ਲੈਣੇ ਨੇ ਉਹ ਅੱਜ ਸਾਡੇ ਡਿਪਟੀ ਸੀਐਮ ਸਾਹਿਬ ਨੇ ਅਨਾਉਂਸ ਕੀਤੇ ਆ ਔਰ ਗਵਰਨਮੈਂਟ ਡੈਫੀਨਿਟਲੀ ਇਹਨਾਂ ਨੂੰ ਅੱਗੇ ਜਿਹੜੀ ਆ ਉਤੋਂ ਰੇਗੀ ਠੀਕ ਹੈ ਜੇ ਮਾ ਸਾਬ ਉਹਦੇ ਨਾਲ ਇਹ ਵੀ ਜੁੜਦਾ ਕਿ ਜਿਹੜੇ ਮਾੜੇ ਐਲੀਮੈਂਟ ਨੇ ਬਾਰਡਰ ਤੇ ਰਹਿੰਦੇ ਨੇ ਬਾਰਡਰ ਦੇ ਕੋਲ ਰਹਿੰਦੇ ਨੇ ਉਹਨਾਂ ਤੇ ਵੀ ਐਕਸ਼ਨ ਹੋਵੇ ਉਹਨਾਂ ਨੂੰ ਮੇਰੇ ਖਿਆਲ ਤੇ ਇਹ ਹੈ ਕਿ ਅੱਜ ਜੋੜ ਅੱਜ ਦੇ ਸਮੇਂ ਦੀ ਜਿਹੜੇ ਜਿਹੜੇ 200 ਬੰਦੇ ਨੇ ਸਾਰੇ ਪੁਲਸ ਵਾ ਸੀਆਈਡੀ ਦੇ ਪੰਜਾਬ ਸੀਆਈਡੀ ਦੇ ਕੋਲ ਵੀ ਰਿਕਾਰਡ ਨੇ ਅੱਜ ਦੇ ਨਹੀਂ ਪੁਰਾਣੇ ਰਿਕਾਰਡ ਨੇ ਉਹਨਾਂ ਨੂੰ ਚੁੱਕ ਕੇ ਘਟੋ ਘਟਾ ਫਰਦਰ ਟਾਈਮਿੰਗ ਐਨਐਸਏ ਵਿੱਚ ਹੀ ਬੰਦ ਕਰੋ ਜੀ ਜੀ ਮਾ ਜੀ ਦੇਖੋ ਪਛੇ ਬੜੀ ਸ਼ਕਤੀ ਦੇ ਨਾਲ ਜਦੋਂ ਪੰਜਾਬ ਦੇ ਵਿੱਚ ਹਾਲਾਤ ਖਰਾਬ ਕਰਨ ਦੀ ਕੁਝ ਲੋਕਾਂ ਨੇ ਕੋਸ਼ਿਸ਼ ਕੀਤੀ ਆ ਹੂੰ ਉਦੋਂ ਪੰਜਾਬ ਸਰਕਾਰ ਨੇ ਬੜੀ ਦਲੇਰੀ ਦੇ ਨਾਲ ਔਰ ਦ੍ਰਿੜਤਾ ਦੇ ਨਾਲ ਕੁਝ ਬੰਦਿਆਂ ਦੇ ਗੇਸਟ ਸ਼ਕਤੀ ਦੇ ਨਾਲ ਐਕਸ਼ਨ ਲਿਆ ਕਿ ਬਾਰਡਰ ਸਟੇਟ ਹੋਣ ਕਰਕੇ ਸੈਂਸਿਟੀਵਿਟੀ ਹੋਣ ਕਰਕੇ ਬਾਰਡਰ ਸਟੇਟ ਦੀ ਅਸੀਂ ਜਿਹੜੀ ਇੱਥੇ ਲੈਂਡ ਆਰਡਰ ਦੀ ਸਿਚੁਏਸ਼ਨ ਆ ਉਹ ਕਿਸੇ ਤਰ੍ਹਾਂ ਦੀ ਪੈਦਾ ਨਹੀਂ ਹੋਣ ਦਿੱਤੀ ਠੀਕ ਹੈ ਅਰਨਦੀਪ ਸਿੰਘ ਜੀ ਕੁਝ ਕਹਿਣਾ ਚਾਹੁੰਦੇ ਨੇ ਜੀ ਰਨਦੀਪ ਸਿੰਘ ਜੀ ਹਾਂ ਜਿਹੜੇ ਆ ਕੋਸ਼ਿਸ਼ ਕੀਤੀ ਗਈ ਸੀ ਉਹ ਕੰਟਰੋਲ ਹੋਇਆ ਮੈਂ ਮੈਂ ਸਮਝਦਾ ਜੀ ਅਪਾ ਜੇ ਪਹਿਲਾ ਨਹੀਂ ਸਿੱਖੇ ਦੀਨਾਨਗਰ ਤੋਂ ਬਾਅਦ ਅੰਗਰੇਜ਼ੀ ਸਾਡੇ ਕਹਾਵਤ ਹੈ ਪ੍ਰਵੈਂਸ਼ਨ ਇਜ਼ ਬੈਟਰ ਦਨ ਕਿਉਰ ਹਮ ਤੇ ਜਿੱਥੇ ਤੱਕ ਸਵਾਲ ਹੈਗਾ ਅੱਜ ਕੱਲ ਦਾ ਯੁੱਗ ਤੁਹਾਡਾ ਜਿਹੜਾ ਮੀਡੀਆ ਹੈ ਇਹ ਵੀ ਇੱਕ ਸੈਟਲਾਈਟ ਦੇ ਜ਼ਰੀਏ ਚੱਲਦਾ ਹੈ ਹਮ ਆਪਾਂ ਸੈਟਲਾਈਟ ਤੇ दैट ਮੋਡਰਨਾਈਜੇਸ਼ਨ ਲਿਆ ਸਕਦੇ ਜਿੱਥੇ ਇਨਫਿਲਟ੍ਰੇਸ਼ਨ ਹੁੰਦੀ ਹੈ ਕੋਈ ਗੂਸਬੈਥ ਹੁੰਦੀ ਹੈ ਉਸ ਨੂੰ ਟਰੈਕਡਾਉਨ ਕੀਤਾ ਜਾ ਸਕਦਾ ਮੋਡਰਨਾਈਜੇਸ਼ਨ ਆਫ ਵੈਪਨਰੀ ਕੀਤੀ ਜਾ ਸਕਦੀ ਹੈ ਜਿੱਥੇ ਸਾਡੀ ਪੰਜਾਬ ਪੁਲਿਸ ਜਿਵੇਂ ਡਿਪਟੀ ਸੀਐਮ ਨੇ ਅਨਾਉਂਸ ਕੀਤਾ ਹੈ ਹੋਪ ਇਟ ਇਜ਼ ਡਨ बिकॉज ਇਟ ਇਜ਼ ਇਨ ਦੀ ਇੰਟਰਸਟ ਆਫ ਦੀ ਸਟੇਟ ਜੋ ਸਟੇਟ ਚੋ ਘਟੋਕਟ ਅਸੀਂ ਲੋਕ ਜਾ ਕੇ ਵੋਟਾ ਲੈਣੇ ਉਹਨਾਂ ਨੂੰ ਤਾਂ ਸਾਨੂੰ ਘੱਟ ਸੁਰੱਖਿਆ ਦੀ ਲੋੜ ਹੈ ਮੈਂ ਸਮਝਦਾ ਬੂਸਪੈਟ ਤੋਂ ਸਾਨੂੰ ਜ਼ਿਆਦਾ ਸੁਰੱਖਿਆ ਦੀ ਲੋੜ ਹੈ ਕਿਉਂਕਿ ਸਾਡੇ ਪੰਜਾਬੀ ਜਿਹੜੇ ਲੋਕ ਸਾਨੂੰ ਵੋਟਾ ਪਾ ਕੇ ਕਾਮਯਾਬੀਆਂ ਜਾਂ ناکਾਮਯਾਬੀਆਂ ਵੀ ਦਿੰਦੇ ਉਹਨਾਂ ਨੂੰ ਬਚਾਉਣ ਦੀ ਲੋੜ ਹੈ ਔਰ ਅੱਜ ਇਹ ਪੰਜਾਬ ਸਰਕਾਰ ਨੇ ਫੈਸਲਾ ਲਿਆ ਵੀ ਹੈ ਜਿਹੜੀ ਸਿਕਿਉਰਿਟੀ ਅੱਧੀ ਕੀਤੀ ਗਈ ਹੈ ਵੀਆਈਪੀਜ਼ ਦੀ ਇਹ ਕੱਲ ਫੈਸਲਾ ਆਇਆ ਹੈ ਚਲੋ ਚੰਗੀ ਗੱਲ ਹੈ ਮੈਂ ਸਮਝਦਾ ਅੱਧੀ ਕਿ ਮੈਂ ਤਾਂ ਸਮਝਦਾ ਘਟਾਣੀ ਚਾਹੀਦੀ ਸਾਨੂੰ ਲੋਕਾਂ ਨੂੰ ਤਾਂ ਸਿਕਿਉਰਿਟੀ ਲੋੜ ਨਹੀਂ ਸੀ ਸਾਨੂੰ ਤਾਂ ਪਬਲਿਕ ਦੇ ਨੁਮਾਇੰਦੇ ਚੁਣਿਆ ਗਿਆ ਲੋਕਾਂ ਦੇ ذریعے ਚੁਣਿਆ ਗਿਆ ਲੇਕਿਨ ਇਹ ਜਿਸ ਚੈਰਿਟੀ ਅੰਗਰੇਜ਼ੀ ਕਾਬਦੇ ਚੈਰਿਟੀ ਬਿੰਗਿੰਸ ਹਮ ਆਪਣੇ ਆਪ ਤੋਂ ਸ਼ੁਰੂਆਤ ਕਰਨੀ ਚਾਹੀਦੀ ਹੈ ਮੈਂ ਸਮਝਦਾ ਪੰਜਾਬ ਦੇ ਤਹਿਤ ਸਾਰਿਆਂ ਨੂੰ ਸੋਚਣਾ ਚਾਹੀਦਾ ਹੈ ਜੀਮਾ ਸਾਹਿਬ ਇੱਕ ਇਸ ਜਿਹੜਾ ਇੱਕ ਇੱਕ ਜਿਹੜਾ ਵੀ ਆਈਪੀ ਕਲਚਰ ਵਾਲਾ ਸਵਾਲ ਵੀ ਪਹਿਰੇ ਉੱਠਿਆ ਸੀ ਇਸ ਦੇ ਵਿੱਚ ਇਸ ਨਾਲ ਹੀ ਜੁੜਿਆ ਹੋਇਆ ਕਿਉਂਕਿ ਜਿਸ ਤਰ੍ਹਾਂ ਨਾਲ ਇੱਕ ਐਸਪੀ ਇੱਕ ਨੀਲੀ ਬੱਤੀ ਦੀ ਗੱਡੀ ਲੈ ਕੇ ਉਥੇ ਬਾਰਡਰ ਏਰੀਆ ਵਿੱਚ ਗਏ ਸੀ ਉਸਤੇ ਵੀ ਸਵਾਲ ਉੱਠੇਗੇ ਜਿਹੜੀਆਂ ਨੀਲੀਆਂ ਬੱਤੀਆਂ ਪੀਲੀਆਂ ਬੱਤੀਆਂ ਲਾਲ ਬੱਤੀਆਂ ਇਹ ਵੀ ਕਿਤੇ ਨਾ ਕਿਤੇ ਜਿਹੜੀ ਪ੍ਰੋਬਲਮ ਕ੍ਰੀਏਟ ਕਰ ਰਹੀਆਂ ਨੇ ਨਹੀਂ ਡੈਫੀਨਿਟਲੀ ਜੇ ਇਦਾਂ ਦੀ ਕਿਤੇ ਵੀ ਜਿਹੜੀ ਕਟਾਈ ਹੋਈ ਹੈ ਜਦੋਂ ਇਨਵੈਸਟੀਗੇਸ਼ਨ ਹੋਏਗੀ ਕਿ ਕੀ ਉਹ ਰੈੱਡ ਬੱਤੀ ਅਲਾਉਡ ਸੀ ਨਹੀਂ ਸੀ ਕਿਉਂ ਲਗਾ ਕੇ ਗਿਆ ਉਹ ਇੱਕ ਜਿਹੜੀ ਹੈ ਇੱਕ ਅਲੱਗ ਪਹਿਲੂ ਹੈ ਉਹਨਾਂ ਚੀਜ਼ਾਂ ਦੇ ਉੱਤੇ ਡੈਫੀਨਿਟਲੀ ਜਦੋਂ ਇਨਕੁਆਇਰੀ ਕੰਪਲੀਟ ਹੋਏਗੀ ਹਮ ਜਿਸ ਦਿਨ ਜਿਸ ਜਮਿਵਾਰੀ ਬਣਦੀ ਹੈ ਉਹਨਾਂ ਚੀਜ਼ਾਂ ਦੇ ਉੱਤੇ ਐਕਸ਼ਨ ਵੀ ਹੋਏਗਾ ਨਹੀਂ ਪਰ ਇੱਕ ਜਿਸ ਤਰ੍ਹਾਂ ਦਾ ਕਲਚਰ ਬਣ ਜਾਂਦਾ ਹੈ ਜਿਵੇਂ ਇਹ ਤਾਂ ਤੁਸੀਂ ਮੰਨੋਗੇ ਨਾ ਇੱਕ ਇਸ਼ੂ ਹੈ ਜਿਹੜਾ ਇਹ ਇਸ ਤਰ੍ਹਾਂ ਦਾ ਕਲਚਰ ਉਹ ਵੀ ਕਿਤੇ ਨਾ ਕਿਤੇ ਇਸ ਦੇ ਵਿੱਚ ਪ੍ਰੋਬਲਮ ਕਰਦਾ ਹੈ ਜਿਹੜੀ ਉੱਥੇ ਕੋਸਪੈਕਟ ਹੋਈ ਸੀ ਉਹਨਾਂ ਨੂੰ ਮਾਰਨਾ ਜ਼ਿਆਦਾ ਜ਼ਰੂਰੀ ਹੈ ਹਮ ਹਾਂਜੀ ਜਿਹੜਾ ਇਹ ਵੀਆਈਪੀ ਕਲਚਰ ਜਿਹੜਾ ਗੱਡੀਆਂ ਵਾਲਾ ਕੋਈ ਵੀ ਕਿਤੇ ਵੀ ਐਂਟਰੀ ਕਰ ਸਕਦਾ ਆਪਣੀ 32 ਦੇ ਦਮ ਦੇ ਉੱਪਰ ਉਹ ਵੀ ਕਿਤੇ ਨਾ ਕਿਤੇ ਪ੍ਰੋ ਨੇ ਕਿਤੇ ਵੀ ਇਹ ਅਲਾਉਡ ਨਹੀਂ ਹੁੰਦਾ ਸਿਕਿਉਰਿਟੀ ਫੋਰਸਸ ਦਾ ਪੂਰਾ ਹੱਕ ਹੁੰਦਾ ਹੈ ਕਿ ਜਿਹੜੀ ਵੀ ਗੱਡੀ ਹੈ ਚਾਹੇ ਉੱਤੇ ਕੋਈ ਫਲੈਗ ਲੱਗਿਆ ਹੈ ਚਾਹੇ ਰੈੱਡ ਲੱਗੀ ਹੈ ਜੇ ਕਿਤੇ ਵੀ ਉਹਨਾਂ ਨੂੰ ਡਾਊਟ ਹੈ ਤੇ ਉਹਨਾਂ ਨੂੰ ਗੱਡੀ ਰੋਕ ਕੇ ਚੈੱਕ ਕਰਨ ਦਾ ਹੱਕ ਹੋਣਾ ਚਾਹੀਦਾ ਕੱਲ ਮੈਂ ਜਨੰਦਰ ਸ਼ਾਉਨੀ ਦੇ ਚੋਂ ਲੰਘਿਆ ਸੀਗਾ ਉਹਨਾਂ ਨੇ ਮੇਰੀ ਗੱਡੀ ਰੋਕ ਕੇ ਉੱਤੇ ਫਲੈਗ ਵੀ ਲੱਗਿਆ ਟਰਾਈ ਕਲਰ ਜਵਾਨ ਨੇ ਰੋਕ ਕੇ ਮੇਰੇ ਡਰਾਈਵਰ ਦਾ ਲਾਇਸੈਂਸ ਚੈੱਕ ਕੀਤਾ ਮੈਂ ਸਪੈਸ਼ਲੀ ਸ਼ੀਸ਼ਾ ਡਾਊਨ ਕਰਕੇ ਉਹਨੂੰ ਸ਼ਾਬਾਸ਼ ਦਿੱਤੀ ਕਿ ਬੇਟਾ ਬਹੁਤ ਅੱਛਾ ਹੈ ਤੁਹਾਨੂੰ ਕਿਸੇ ਵੀ ਡਾਊਟ ਹੋਵੇ ਤੁਹਾਨੂੰ ਗੱਡੀ ਚੈੱਕ ਕਰਨੀ ਚਾਹੀਦੀ ਹੈ ਇਹ ਬਹੁਤ ਅੱਛਾ ਕੰਮ ਹੈ ਬਹੁਤ ਸਾਡਾ ਆਪਣੀ ਵੀ ਡਿਊਟੀ ਬਣਦੀ ਹੈ ਕਿ ਅਸੀਂ ਉਹਨਾਂ ਨੂੰ ਕੋਆਰਡੀਨੇਟ ਕਰੀਏ ਇਹ ਹਮੇਸ਼ਾ ਹੁੰਦਾ ਰਹੇ ਅਸੀਂ ਇਹ ਆਸ ਕਰਾਂਗੇ ਉਹਨਾਂ ਨੂੰ ਜਿਹੜਾ ਹੈ ਉਹਨਾਂ ਤੇ ਠੀਕ ਹੈ ਮੈਂ ਤੁਹਾਤ ਨਾਲ ਗੱਲ ਕਰਨਾ ਚਾਹੁੰਗਾ ਸਾਰੇ ਮਹਿਮਾਨਾਂ ਦਾ ਆਰਿਆ ਨੂੰ ਰਿਕਵੈਸਟ ਕਰਦਾ ਸਾਰੀਆਂ ਪਾਰਟੀਆਂ ਦੇ ਆਗੂਆਂ ਨੂੰ ਕਿ ਸਾਨੂੰ ਇਹਦੇ ਤੇ ਕੋਆਪਰੇਟ ਕਰਨਾ ਚਾਹੀਦਾ ਠੀਕ ਹੈ ਸਾਰਿਆਂ ਨੂੰ ਜਿਹੜੀ ਇਹ ਸਾਰਿਆਂ ਦੀ ਡਿਊਟੀ ਬਣਦੀ ਹੈ ਕਿ ਇਹ ਅਜਿਹੇ ਮੌਕੇ ਦੇ ਉੱਪਰ ਜਿਹੜੀ ਹੈ دہشت ਦੇ ਖਿਲਾਫ ਜੰਗ ਦੇ ਵਿੱਚ ਸਾਰਾ ਦੇਸ਼ ਇੱਕਜੁੱਟ ਹੋਵੇ ਤੇ ਜਿਹੜੇ ਰੂਲਸ ਜਦੋਂ ਅਜਿਹੇ ਮੌਕੇ ਤੇ ਫਾਲੋ ਹੁੰਦੇ ਨੇ ਉਹ ਪੂਵਿਕ ਵਿੱਚ ਹਮੇਸ਼ਾ ਹੁੰਦੇ ਰਹਿਣ ਤੇ ਜਿਹੜੀ ਹੁਣ ਸਤਰਕਤਾ ਦਿਖਾਈ ਜਾਂਦੀ ਹੈ ਉਹ ਹਮੇਸ਼ਾ ਦਿਖਾਈ ਜਾਂਦੀ ਰਹੇ ਬਹੁਤ ਬਹੁਤ ਧੰਨਵਾਦ ਕਰੂੰਗਾ ਚੀਮਾ ਜੀ ਰਣਦੀਪ ਸਿੰਘ ਜੀ ਮਨਜੀਤ ਰਾਏ ਜੀ ਡਾਕਟਰ ਬਲਬੀਰ ਸਿੰਘ ਜੀ ਤੇਜਿੰਦਰ ਕੁਮਾਰ ਜੀ ਇਸ ਚਰਚਾ ਵਿੱਚ ਸਾਡੇ ਨਾਲ ਸ਼ਾਮਲ ਹੋਣ ਦੇ ਲਈ ਵਿਦੈਸ਼ਤ ਦੇ ਖਿਲਾਫ ਜਿਹੜੀ ਜੰਗ ਹੈ ਉਹ ਅਸੀਂ ਤੇ ਤੁਸੀਂ ਰਲ ਕੇ ਲੜਨੀ ਹੈ ਤੇ ਸਾਰੇ ਦੇਸ਼ ਨੇ ਇਕਜੁੱਟ ਹੋ ਕੇ ਲੜਨੀ ਹੈ ਬਹੁਤ ਬਹੁਤ ਧੰਨਵਾਦ